2020 पास आउट अज के टाइम श्योर शॉट की अगर गल करा तो वह यूके है। यूके तो अलावा तुसी 20 पास आउट नूं कैनेडा भी भेज सकते हो, अगर वो 6 ईच बैंड है तो वह कैनेडा भी जा सकते। थोड़ी कैनेडा तो रिफ्यूजल है, ऑस्ट्रेलिया तो रिफ्यूजल है, या यूएसए तो भी अगर तुसी रिफ्यूज हो तो कोई गल नहीं, तुसी यूके लाओ। यूके दे विच असी तुहानू 7 to 10 वर्किंग डेज दे विच विच ऑफर लैटर लैके देवांगे। ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ, ਦੇਖ ਰਹੇ ਹੋ ਪ੍ਰੋਗਰਾਮ ਇਮੀਗ੍ਰੇਸ਼ਨ ਇਨਸਾਈਟਸ ਵਿਦ ਮਨਦੀਪ। ਅੱਜ ਤੁਹਾਨੂੰ ਚੜ੍ਹਦੀ ਕਲਾ 'ਚ ਹੋਵਾਂਗੇ ਸਾਰੇ ਚਰਚਾ ਖਾਸ, ਔਰ ਇੱਕ ਵਾਰੀ ਫਿਰ ਤੋਂ ਮੇਰੇ ਨਾਲ ਜੁੜੇ ਨੇ ਪ੍ਰੋਵਾਈਡਰਸ ਤੋਂ ਮਿਸਟਰ ਮਨਦੀਪ ਸਿੰਘ ਔਲਖ, ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ, ਠੀਕ ਠਾਕ ਹੋ ਜੀ? ਬਹੁਤ ਵਧੀਆ ਜੀ। ਜੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜੀ, ਨੰਬਰ ਸਕਰੀਨ ਦੇ ਹੇਠਾਂ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ, ਔਰ ਕਮੈਂਟ ਸੈਕਸ਼ਨ ਤੁਹਾਡੇ ਲਈ ਅਵੇਲੇਬਲ ਹੈ। ਸਾਡਾ ਸਾਰਾ ਪ੍ਰੋਗਰਾਮ ਤੁਸੀਂ ਯੂਟਿਊਬ ਔਰ ਫੇਸਬੁੱਕ ਦੇ ਉੱਪਰ ਦੇਖ ਸਕਦੇ ਹੋ। ਕੋਈ ਵੀ ਕੁਐਰੀ ਹੈ ਸਾਨੂੰ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ, ਅਸੀਂ ਅਗਲਾ ਸ਼ੋਅ ਤੁਹਾਡੀ ਕੁਐਰੀ ਦੇ ਉੱਪਰ ਲੈ ਕੇ ਹੀ ਹਾਜ਼ਰ ਹੋਵਾਂਗੇ। ਸੋ ਅੱਜ ਸਰ ਗੱਲਬਾਤ ਕਰਨੀ ਹੈ, ਸਾਰੀ ਕੰਟਰੀਜ਼ ਦੀ ਚਰਚਾ ਅਸੀਂ ਅੱਜ ਕਰਾਂਗੇ। ਸਭ ਤੋਂ ਪਹਿਲਾਂ ਮੇਰਾ ਤੁਹਾਨੂੰ ਇਹ ਸਵਾਲ ਹੈ ਕਿ 2020 ਪਾਸ ਆਊਟ ਬੱਚਾ ਉਹਦੇ ਲਈ ਕਿਹੜੀ ਕੰਟਰੀ ਅੱਜ ਵੀ ਓਪਨ ਹੈ, ਕਿਹੜੀ ਕੰਟਰੀ ਦਾ ਮੈਂ ਕਹਾਂ ਜ਼ੀਰੋ ਰਿਸਕ ਤੇ ਜਾਂ ਸ਼ੋਰ ਸ਼ੋਟ ਵੀਜ਼ਾ ਅੱਜ ਹੁਣ ਮਿਲ ਸਕਦਾ ਹੈਗਾ? 2020 ਪਾਸ ਆਊਟ ਅੱਜ ਦੇ ਟਾਈਮ ਸ਼ੋਰ ਸ਼ੋਟ ਦੀ ਅਗਰ ਗੱਲ ਕਰਾਂ ਤਾਂ ਉਹ ਯੂਕੇ ਹੈ। ਓਕੇ, ਯੂਕੇ ਸਟੂਡੈਂਟਸ ਨੂੰ 2020 ਪਾਸ ਆਊਟ ਬੱਚੇ ਨੂੰ ਨਾ ਤਾਂ ਗੈਪ ਦੀ ਵਜ੍ਹਾ ਨਾਲ ਤੇ ਨਾ ਹੀ ਉਹਨਾਂ ਦੇ ਕਿਸੇ ਬੋਰਡ ਦੀ ਵਜ੍ਹਾ ਨਾਲ ਡਿਨਾਈ ਨਹੀਂ ਕਰਦਾ। ਓਕੇ, ਔਰ 20 ਪਾਸ ਆਊਟ ਬੱਚਾ ਤਕਰੀਬਨ ਹਜੇ ਉਹਦੀ ਪੜ੍ਹਾਈ ਨੂੰ ਜ਼ਿਆਦਾ ਗੈਪ ਨਹੀਂ ਪਿਆ ਹੁੰਦਾ, ਕ੍ਰੈਡੀਬਿਲਿਟੀ ਇੰਟਰਵਿਊ ਹੈ ਜਾਂ ਪਹਿਲਾਂ ਇੰਟਰਵਿਊ ਹੈ, ਹੈ ਨਾ, ਉਸ ਚੀਜ਼ ਨੂੰ ਬੱਚਾ ਈਜ਼ੀਲੀ ਕੰਡਕਟ ਕਰ ਲੈਂਦਾ। ਯੂਕੇ ਸਾਡੇ ਕੋਲ ਮੌਕਾ ਹੈਗਾ, ਜੇ ਅਸੀਂ ਕੈਨੇਡਾ ਆਸਟ੍ਰੇਲੀਆ ਬਾਰੇ ਸੋਚੀਏ ਤਾਂ ਕੁਝ ਚਾਂਸਸ ਨਿਕਲ ਤਾਂ ਕੈਨੇਡਾ ਵੀ ਪਾ ਸਕਦੇ ਹਾਂ। ਓਕੇ, ਹਾਂਜੀ, ਯੂਕੇ ਤੋਂ ਇਲਾਵਾ ਤੁਸੀਂ 20 ਪਾਸ ਆਊਟ ਨੂੰ ਕੈਨੇਡਾ ਵੀ ਭੇਜ ਸਕਦੇ ਹੋ, ਅਗਰ ਉਹਦੇ 6 ਈਚ ਬੈਂਡ ਹੈ ਤਾਂ ਉਹ ਕੈਨੇਡਾ ਵੀ ਜਾ ਸਕਦਾ। ਓਕੇ, ਅਗਰ ਆਸਟ੍ਰੇਲੀਆ ਜਾਣ ਦਾ ਚਾਹਵਾਨ ਹੈ ਤਾਂ 20 ਪਾਸ ਆਊਟ ਨੂੰ ਅੱਜ ਦੇ ਟਾਈਮ 'ਚ ਨਹੀਂ ਲੈ ਰਹੇ। ਓਕੇ, ਮਤਲਬ 20 ਪਾਸ ਆਊਟ ਬੱਚੇ ਲਈ ਵੀ ਸ਼ਰਤਾਂ ਹੈਗੀਆਂ, 0% ਰਿਸਕ ਹੈ ਤਾਂ ਯੂਕੇ, 6 ਈਚ ਹੈ ਐਸਟੀਐਸ ਪ੍ਰੋਫਾਈਲ ਹੈ ਤਾਂ ਕੈਨੇਡਾ, ਆਸਟ੍ਰੇਲੀਆ ਨੂੰ ਭੁੱਲਣਾ ਹੀ ਤੁਹਾਡੇ ਲਈ ਇਸ ਸਮੇਂ ਭੁੱਲਣਾ ਹੀ ਪੈਣਾ ਹੈ। ਓਕੇ, 2020 ਬੱਚਾ ਇਹ ਚੀਜ਼ ਨੋਟੀਫਾਈ ਕਰ ਲੈ, ਇਸ ਤੋਂ ਬਾਅਦ ਕੋਈ ਮੌਕਾ ਨਹੀਂ ਮਿਲਣ ਵਾਲਾ ਯੂਕੇ ਔਰ ਕੈਨੇਡਾ। ਅਗਰ ਗ੍ਰੈਜੂਏਟ ਹੈ, ਅਗਰ ਗ੍ਰੈਜੂਏਟ ਹੈ ਤਾਂ ਆਸਟ੍ਰੇਲੀਆ ਅਪਲਾਈ ਕਰ ਸਕਦਾ। ਅੱਛਾ ਜੀ, 20 ਦੀ ਗ੍ਰੈਜੂਏਸ਼ਨ ਕੀਤੀ ਹੈ, ਪਲੱਸ 2 2020 ਦੀ ਗੱਲ ਕਰਦੇ ਹਾਂ ਤਾਂ ਫਿਰ ਆਸਟ੍ਰੇਲੀਆ ਨਹੀਂ ਅੱਜ ਦੇ ਨਹੀਂ ਹੋਏਗਾ। ਇਨਟੇਕ ਕਿਹੜੇ ਕਿਹੜੇ ਮਿਲਣਗੇ ਕੈਨੇਡਾ ਔਰ ਉਹਦੇ ਲਈ? ਦੇਖੋ, ਕੈਨੇਡਾ ਲਈ ਦੇਖੋ ਜਨਵਰੀ ਤਾਂ ਬਹੁਤ ਘੱਟ ਚਾਂਸਸ ਹੈ। ਠੀਕ ਹੈ, ਠੀਕ ਹੈ ਜੀ, ਔਰ ਫਿਰ ਉਸ ਤੋਂ ਬਾਅਦ ਮਈ। ਠੀਕ ਹੈ, ਰਾਈਟ, ਮਈ। ਇਦਾਂ ਨਹੀਂ ਕਿ ਕੈਨੇਡਾ ਦੇ ਨਹੀਂ ਹੈ, ਹੈ ਕੁਝ ਕਾਲਜਸ ਦੇ ਵਿੱਚ ਹੈ, ਪਬਲਿਕ ਕਾਲਜ ਹੈ ਚਾਹੇ ਪ੍ਰਾਈਵੇਟ ਆ, ਪ੍ਰਾਈਵੇਟ ਤਾਂ ਹੈਗੇ ਹੋਏ ਹਮੇਸ਼ਾ ਹੁੰਦੇ। ਠੀਕ ਹੈ, ਬਟ ਜੇ ਮੈਂ ਯੂਕੇ ਦੀ ਗੱਲ ਕਰਾਂ, ਯੂਕੇ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਨਾਲੋਂ ਜ਼ਿਆਦਾ ਰਸ਼ ਹੋਇਆ ਪਿਆ ਯੂਨੀਵਰਸਿਟੀ 'ਚ। ਓਕੇ, 4000 ਐਪਲੀਕੇਸ਼ਨ ਹੈ, 400 ਕਾਸ ਦੇਣਾ। ਠੀਕ ਹੈ, ਉਹ ਕ੍ਰੈਡੀਬਿਲਿਟੀ ਇੰਟਰਵਿਊ ਵੀ ਆੜੇ ਆਉਂਦੀ ਹੈ। ਠੀਕ ਹੈ, ਤੇ ਫਿਰ ਬੱਚਿਆਂ ਦੇ ਪ੍ਰੋਫਾਈਲ ਵੀ ਦੇਖਣੇ ਪੈਂਦੇ ਆ, ਫਿਰ ਉਹਨਾਂ ਨੇ ਚੁਣ ਕੇ ਬੱਚਿਆਂ ਨੂੰ ਕਾਸ ਪ੍ਰੋਫਾਈਲ ਨੂੰ ਕਾਸ ਮਿਲਣਾ ਜੀ। ਸਰ ਤੁਸੀਂ ਬਹੁਤ ਵਾਰੀ ਮੈਂ ਦੇਖਿਆ ਤੁਹਾਡੇ ਫੇਸਬੁੱਕ ਪੇਜ ਤੇ, ਯੂਟਿਊਬ ਦੇ ਉੱਪਰ ਵੀ ਤੁਸੀਂ ਯੂਐਸਏ ਦੇ ਬੱਚੇ ਦੇ ਇੰਟਰਵਿਊਜ਼ ਵੀ ਕਰੈਕ ਕਰਵਾਏ ਨੇ, ਵੀਜ਼ੇ ਵੀ ਦਵਾਏ ਨੇ ਬੱਚਿਆਂ ਨੂੰ, ਆ ਬੱਚਾ ਯੂਐਸਏ ਅਪਲਾਈ ਕਰ ਸਕਦਾ, ਇੰਟਰਵਿਊ ਕਰੈਕ ਕਰ ਸਕਦਾ ਬੱਚਾ? ਬਿਲਕੁਲ ਬਿਲਕੁਲ ਕਰ ਸਕਦਾ, ਯੂਐਸਏ ਅਪਲਾਈ ਕਰ ਸਕਦਾ, ਵਿਦਆਊਟ ਆਇਲਸ ਵੀ ਕਰ ਸਕਦਾ। ਅਗਰ ਤੁਹਾਡੀ ਆਇਲਸ ਹੈ ਜਾਂ ਤੁਹਾਡੀ ਆਇਲਸ ਐਕਸਪਾਇਰ ਹੋ ਚੁੱਕੀ ਹੈ, ਉਹ ਜ਼ਿਆਦਾ ਬੈਨੀਫੀਸ਼ੀਅਲ ਹੈ ਯੂਐਸਏ ਵਾਸਤੇ। ਓਕੇ, ਜਿਨ੍ਹਾਂ ਦੀ ਆਇਲਸ ਹਾਂਜੀ 20 ਪਾਇਲਸ ਕੀਤੀ ਹੈ ਤਾਂ ਕਰੀਬ ਕਰੀਬ ਐਕਸਪਾਇਰ ਹੋਣ ਵਾਲੀ ਹੋਏਗੀ, ਜਿਹੜੇ ਨਹੀਂ ਦੁਬਾਰਾ ਕਰਨਾ ਚਾਹੁੰਦੇ ਉਹ ਯੂਐਸਏ ਅਪਲਾਈ ਕਰਨ। ਇੰਟਰਵਿਊ ਦੀਆਂ ਡੇਟਸ ਮਿਲ ਰਹੀਆਂ ਨੇ? ਇੰਟਰਵਿਊ ਦੀਆਂ ਡੇਟਸ ਮਿਲ ਰਹੀਆਂ ਨੇ। ਓਕੇ, ਈਵਨ ਕਿ ਯੂਐਸਏ ਦੇ ਵਿੱਚ ਤਾਂ ਹੁਣ ਤੁਹਾਨੂੰ ਸਪਟੰਬਰ ਤੋਂ ਟੂਰਿਸਟ ਦੀਆਂ ਡੇਟ ਵੀ ਮਿਲ ਗਈਆਂ, ਬਟ ਟੂਰਿਸਟ ਦੀਆਂ ਡੇਟਸ ਬਹੁਤ ਲੰਬੀਆਂ ਮਿਲ ਰਹੀਆਂ ਨੇ। ਬਟ ਸਟੂਡੈਂਟ ਦੀ ਗੱਲ ਆਪਾਂ ਇੱਥੇ ਕਰ ਰਹੇ ਹਾਂ ਕਿ ਸਟੂਡੈਂਟਸ ਦੀਆਂ ਡੇਟ ਵੀ ਮਿਲ ਰਹੀਆਂ ਨੇ ਜਨਵਰੀ ਇਨਟੇਕ ਵਾਸਤੇ, ਜਿਹੜੇ ਸਾਡੇ ਕੋਲ I-20 ਅਪਲਾਈ ਕਰ ਰਹੇ ਆ ਤਾਂ ਨੋਰਮਲੀ ਅਸੀਂ I-20 ਇੱਕ ਮਹੀਨੇ ਦੇ ਵਿੱਚ ਹੁਣ ਮੰਗਵਾ ਦਿੰਦੇ ਹਾਂ। ਪਹਿਲਾਂ LOA ਆਉਂਦੀ ਹੈ, ਇਹਦੇ 'ਚ LOA ਪਹਿਲਾਂ ਆਉਂਦੀ ਹੈ, I-20 ਬਾਅਦ 'ਚ ਆਉਂਦੀ ਹੈ। ਅੱਛੀਆਂ ਬਹੁਤ ਰਿਪਿਊਟਡ ਯੂਨੀਵਰਸਿਟੀਜ਼ ਨੇ ਤੇ ਉਹਨਾਂ ਦੀ LOA ਆ ਜਾਂਦੀ ਹੈ ਸਾਡੇ ਕੋਲ ਹਫ਼ਤੇ ਤੋਂ 10 ਦਿਨ ਦੇ ਵਿੱਚ, ਔਰ 2 to 3 ਹਫ਼ਤਿਆਂ ਦੇ ਵਿੱਚ ਵਿੱਚ I-20 ਆ ਜਾਂਦੀ ਹੈ। ਇਹ ਤਾਂ ਫਰੈਸ਼ ਪ੍ਰੋਫਾਈਲ ਦੀ ਗੱਲ, ਹੁਣ ਪ੍ਰੋਫਾਈਲ ਆ ਗਈ ਕੰਪਲਿਕੇਟਿਡ। ਕੰਪਲਿਕੇਟਿਡ ਪ੍ਰੋਫਾਈਲ ਤੋਂ ਮੇਰਾ ਭਾਵ ਹੈ 4 to 5 ਰਿਫਿਊਜ਼ਲ ਲੈ ਕੇ ਬੈਠਾ ਹੈ ਜਿਹੜਾ ਸਟੂਡੈਂਟ, ਚਾਹੇ ਕੈਨੇਡਾ ਤੋਂ ਰਿਫਿਊਜ਼ਲ ਲਈ ਹੈ ਚਾਹੇ ਆਸਟ੍ਰੇਲੀਆ ਤੋਂ ਰਿਫਿਊਜ਼ਲ ਲਈ ਹੈ, ਉਹ ਬੱਚੇ ਨੂੰ ਤੁਹਾਡੀ ਲਾਸਟ ਸੁਜੈਸ਼ਨ ਕੀ ਰਹਿਣ ਵਾਲੀ ਹੈ ਕਿ ਹਾਂ ਵੀ ਜਿਹੜੇ ਵੀ ਸਟੂਡੈਂਟ ਸਾਨੂੰ ਦੇਖ ਰਹੇ ਨੇ ਵੀ ਤੁਹਾਡੇ ਲਈ ਕਿਹੜਾ ਮੌਕਾ ਹੈ ਜਿਹੜਾ ਤੁਹਾਨੂੰ ਮਿਲ ਸਕਦਾ ਹੈਗਾ? ਉਸ ਬੱਚੇ ਲਈ ਯੂਕੇ ਅੱਜ ਦੇ ਟਾਈਮ 'ਚ ਗੋਲਡਨ ਓਪਰਚੁਨਿਟੀ ਹੈ। ਓਕੇ, ਗੋਲਡਨ ਓਪਰਚੁਨਿਟੀ ਹੈ ਯੂਕੇ ਦੀ, ਕਿਉਂਕਿ ਤੁਹਾਡੀ ਕੈਨੇਡਾ ਤੋਂ ਰਿਫਿਊਜ਼ਲ ਹੈ, ਆਸਟ੍ਰੇਲੀਆ ਤੋਂ ਰਿਫਿਊਜ਼ਲ ਹੈ, ਜਾਂ ਯੂਐਸਏ ਤੋਂ ਵੀ ਅਗਰ ਤੁਸੀਂ ਰਿਫਿਊਜ਼ ਹੋ ਤਾਂ ਕੋਈ ਗੱਲ ਨਹੀਂ, ਤੁਸੀਂ ਯੂਕੇ ਲਾਓ। ਯੂਕੇ ਦੇ ਵਿੱਚ ਅਸੀਂ ਤੁਹਾਨੂੰ 7 to 10 ਵਰਕਿੰਗ ਡੇਜ਼ ਦੇ ਵਿੱਚ ਵਿੱਚ ਆਫਰ ਲੈਟਰ ਲੈ ਕੇ ਦੇਵਾਂਗੇ, ਔਰ 2 ਤੋਂ
3 ਹਫ਼ਤਿਆਂ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਕਾਸ ਲੈ ਕੇ ਦਵਾਂਗੇ। ਠੀਕ ਹੈ, ਤਾਂ ਯੂਕੇ ਇੱਕ ਬਹੁਤ ਅੱਛਾ ਆਪਸ਼ਨ ਹੈਗਾ ਜਿਹੜੇ ਬੱਚਿਆਂ ਨੇ ਪਲੱਸ 2 ਕੀਤੀ ਸੀ। ਪਲੱਸ 2 ਤੋਂ ਬਾਅਦ ਬਹੁਤ ਸਾਰੇ ਬੱਚੇ ਮਤਲਬ ਫਰੈਸ਼ ਪ੍ਰੋਫਾਈਲ, ਉਹਨਾਂ ਨੂੰ ਬੜੇ ਹੀ ਸੁਨੱਖੇ ਰਿਜ਼ਲਟ ਦੇਖਣ ਨੂੰ ਮਿਲੇ ਸਾਨੂੰ। ਲੇਕਿਨ ਅੱਜ ਹੁਣ ਰੀਸੈਂਟਲੀ ਸੈਪਟੈਂਬਰ ਇਨਟੇਕ ਦੇ ਜਿਹੜੇ ਵੀਜ਼ੇ ਆ ਆਉਣੇ ਸ਼ੁਰੂ ਹੋਏ, ਗ੍ਰੈਜੂਏਸ਼ਨ ਤੋਂ ਬਾਅਦ ਦਾ ਟ੍ਰੈਂਡ ਕਿਹਦਾ ਨਜ਼ਰ ਆ ਰਿਹਾ? ਗ੍ਰੈਜੂਏਸ਼ਨ ਤੋਂ ਬਾਅਦ ਵੀ ਵੀਜ਼ੇ ਆ ਰਹੇ ਨੇ? ਬਿਲਕੁਲ ਜੀ ਬਿਲਕੁਲ, ਹੁਣ ਦੇਖੋ ਪ੍ਰਾਇੋਰਟੀ ਸਟਾਰਟ ਹੋ ਗਈ ਹੈ, ਚਾਹੇ ਗ੍ਰੈਜੂਏਟ ਬੱਚਾ ਤੇ ਚਾਹੇ ਉਹ ਪਲੱਸ 2 ਬੱਚਾ। ਸਾਡੇ ਹੁਣ ਸਪਟੰਬਰ ਇਨਟੇਕ ਦੇ ਵੀਜ਼ੇ ਆ ਰਹੇ ਆ, ਸਾਡੇ ਪੇਜ ਤੇ ਜਾ ਕੇ ਦੇਖ ਸਕਦੇ ਹੋ, ਜਾਂ ਸਾਡੇ ਕੋਲ ਵੈਸੇ B2B ਚੈਨਲਸ ਦੇ ਵੀ ਬਹੁਤ ਆਫਿਸ ਆ ਕੇ ਤੁਸੀਂ ਚੈੱਕ ਕਰ ਸਕਦੇ ਹੋ। ਸਾਡੇ ਕੋਲੇ ਯੂਕੇ ਦੀ ਇੱਕ ਵੀ ਰਿਫਿਊਜ਼ਲ ਨਹੀਂ ਹੈ, ਯੂਕੇ ਦੀ ਇੱਕ ਵੀ ਰਿਫਿਊਜ਼ਲ ਨਹੀਂ ਹੈ। ਚਾਹੇ ਤੁਹਾਡੇ 5.5 ਬੈਂਡ ਹੈ ਓਵਰਆਲ ਹੈ, ਚਾਹੇ ਈਚ ਹੈ, ਠੀਕ ਹੈ, ਅਗਰ ਤੁਹਾਡੇ 43 ਈਚ PT ਸਕੋਰ ਹੈ, ਠੀਕ ਹੈ, ਤਾਂ ਵੀ ਤੁਸੀਂ ਸਾਡੇ ਕੋਲੇ ਯੂਕੇ ਲਈ ਫਾਈਲ ਅਪਲਾਈ ਕਰ ਸਕਦੇ ਹੋ। ਲੋਕੀ ਕਹਿੰਦੇ ਆ ਕਿ ਯੂਕੇ ਦੀ ਫਾਈਲ ਵਿਦਆਊਟ ਆਇਲਸ ਨਹੀਂ ਹੁੰਦੀ ਜਾਂ ਬਹੁਤ ਵਧੀਆ ਮਤਲਬ ਅੱਛਾ ਪ੍ਰੋਫਾਈਲ ਚਾਹੀਦਾ, ਬਟ ਸਾਡੇ ਕੋਲੇ ਜਿਹੜੀ ਆਪਸ਼ਨ ਹੈ ਵਿਦਆਊਟ ਆਇਲਸ ਹੈ, ਅਗਰ ਤੁਹਾਡੇ ਇੰਗਲਿਸ਼ 'ਚੋਂ 70% ਹੈ, ਓਵਰਆਲ 70% ਹੈ, ਚਾਹੇ ਤੁਹਾਡਾ 2 ਤੋਂ 4 ਸਾਲ ਦਾ ਗੈਪ ਹੈ। ਠੀਕ ਹੈ, ਤੁਸੀਂ ਅਕਸਰ ਗੱਲ ਕਰਦੇ ਹੋ 0% ਰਿਸਕ ਦੇ ਨਾਲ ਯੂਕੇ, ਥੋੜਾ ਜਿਹਾ ਡਿਫਾਈਨ ਕਰੋ ਮੈਨੂੰ ਕੀ ਹੈ 0% ਰਿਸਕ। ਇਹ ਹੈ ਕਿ ਜਿਹੜੇ ਬੱਚੇ ਪਹਿਲਾਂ ਕਿਸੇ ਕੰਟਰੀ ਤੋਂ ਰਿਫਿਊਜ਼ ਹੋ ਚੁੱਕੇ ਆ, ਪੈਸਾ ਰਿਫੰਡ ਕਰਵਾਇਆ ਜਾਂ ਯੂਕੇ ਦੇ ਵਿੱਚ ਫਾਈਲ ਲਾਈ ਆ, ਫੀਸ ਭਰੀ ਹੈ, ਕਾਸ ਨਹੀਂ ਮਿਲਿਆ, ਫੀਸ ਵਾਪਸ ਲੈਣੀ ਪੈ ਗਈ, ਫੰਡਿੰਗ ਦੇ ਪੈਸੇ ਡਬਲ ਪੈ ਗਏ, ਠੀਕ ਹੈ ਜੀ, ਵਿਆਜ ਲੋਕਾਂ ਤੋਂ ਚੱਕਿਆ ਸੀਗਾ ਤੇ ਵਿਆਜ ਪੈ ਗਿਆ, ਉਹ ਤੁਸੀਂ ਸਾਡੇ ਕੋਲੇ ਫਾਈਲ ਲਾਓ, ਅਸੀਂ ਤੁਹਾਡੇ ਤੋਂ ਕੋਈ ਪੈਸਾ ਨਹੀਂ ਪਹਿਲਾਂ ਲਵਾਂਗੇ, ਸਾਰੇ ਪੈਸੇ ਅਸੀਂ ਤੁਹਾਡੇ ਤੋਂ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ। ਅੱਛਾ, ਫਿਰ ਵੀਜ਼ਾ ਲੱਗਣ ਤੋਂ ਬਾਅਦ ਵਾਲੇ ਪੈਸੇ ਬਹੁਤ ਸਾਰੇ ਕੰਸਲਟੈਂਟ ਦੁੱਗਣੀ ਫੀਸ ਲੈ ਲੈਂਦੇ ਨੇ ਜਿੰਨਾ ਖਰਚਾ ਨਹੀਂ ਹੋਇਆ। ਨਹੀਂ, ਇਦਾਂ ਨਹੀਂ ਹੈ, ਬੜਾ ਜੈਨੂਨ ਹੈ, ਰੀਜ਼ਨੇਬਲ ਹੈ, ਬੱਚਿਆਂ ਨੂੰ ਕਿਸੇ ਨੂੰ ਜਿਹੜੇ ਬੱਚੇ ਦੇ ਕੇ ਜਾ ਰਹੇ, ਕਿਸੇ ਨੇ ਵੀ ਸਾਨੂੰ ਕਿੰਤੂ ਪਰੰਤੂ ਨਹੀਂ ਕਰਿਆ। ਓਕੇ, ਯੂਕੇ ਦਾ ਖਰਚਾ ਕਿੰਨਾ? ਨਾਰਮਲੀ ਯੂਕੇ ਦਾ ਖਰਚਾ ਅੱਜ ਮੈਂ ਤੁਹਾਨੂੰ ਰਿਐਲਿਟੀ ਦੱਸਦਾ, ਪਲੱਸ 2 ਬੱਚਾ 7-8 ਲੱਖ ਰੁਪਏ ਦੇ ਵਿੱਚ ਨਿਬੜ ਜਾਂਦਾ। 7-8 ਲੱਖ ਰੁਪਏ ਚ ਤੁਸੀਂ ਆਪਣਾ ਵੀਜ਼ਾ ਲੈ ਲੈਂਦੇ ਹੋ, ਉਹਦੇ ਚ ਤੁਹਾਡੀਆਂ ਫੀਸਿਸ, ਪ੍ਰੋਵਾਈਡਰ ਦੇ ਖਰਚੇ ਵੀ ਵਿੱਚ ਸ਼ਾਮਲ। ਪ੍ਰੋਵਾਈਡਰ ਦੀ ਕੰਸਲਟੈਂਸੀ ਹੈ ਜਿਹੜੀ, ਉਹ ਬੜੀ ਨੋਮੀਨਲ ਜੀ ਹੈ, ਉਹ ਵੀ ਵਿੱਚ ਹੀ ਹੈ। ਓਕੇ, ਤੇ ਜੇਕਰ ਤੁਸੀਂ 7-8 ਲੱਖ ਰੁਪਇਆ ਅਫੋਰਡ ਕਰ ਸਕਦੇ ਹੈਗੇ ਹੋ, ਤਾਂ ਤੁਸੀਂ ਯੂਕੇ ਦਾ ਅਪਕਮਿੰਗ ਇਨਟੇਕ ਜਿਹੜਾ ਉਹ ਲੈ ਸਕਦੇ ਹੋ। ਬਾਕੀ ਕੋਈ ਵੀ ਸਵਾਲ ਹੈ ਸਾਡੇ ਨਾਲ ਜੁੜ ਸਕਦੇ ਹੋ। ਤੁਸੀਂ ਯੂਕੇ ਨੂੰ ਲੈ ਕੇ ਅਸੀਂ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਕੀਤੇ ਨੇ। ਤੁਸੀਂ ਪ੍ਰੋਵਾਈਡਰਸ ਦਾ ਜਿਹੜਾ ਯੂਟਿਊਬ ਚੈਨਲ ਹੈ ਜਾਂ ਇਮੀਗ੍ਰੇਸ਼ਨ ਇਨਸਾਈਟਸ ਵਿਦ ਮਨਦੀਪ ਦਾ ਯੂਟਿਊਬ ਚੈਨਲ ਹੈ, ਉਹਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ, ਜਵਾਬ ਪਾ ਸਕਦੇ ਹੋ। ਸਾਰੀ ਕੰਟਰੀਜ਼ ਦਾ ਜ਼ਿਕਰ ਹੁੰਦਾ ਹੈ, ਗੱਲ ਅਸੀਂ ਕਰਦੇ ਹਾਂ, ਪਰ ਮੇਰਾ ਅੱਜ ਦਾ ਜਿਹੜਾ ਖਾਸ ਸਵਾਲ ਹੈ ਉਹ ਇਹ ਵੀ ਹੈ ਕਿ ਕੈਨੇਡਾ ਕਿਹਨਾਂ ਨੂੰ ਅਪਲਾਈ ਨਹੀਂ ਕਰਨਾ ਚਾਹੀਦਾ? ਕਰਦੇ ਤਾਂ ਸਾਰੇ ਨੇ, ਚਾਹੇ ਕੋਈ ਐਲੀਜੀਬਲ ਹੈ ਚਾਹੇ ਨਹੀਂ ਹੈ। ਅਸਲ ਮੈਂ ਕੌਣ ਹੈ ਜਿਹਨੂੰ ਬਿਲਕੁਲ ਕੈਨੇਡਾ ਬਾਰੇ ਸੋਚਣਾ ਹੀ ਨਹੀਂ ਚਾਹੀਦਾ, ਉਹ ਕਿਹੜੀ ਪ੍ਰੋਫਾਈਲ ਹੈ? ਦੇਖੋ, ਉਹ ਇਹ ਪ੍ਰੋਫਾਈਲ ਹੈ, ਜਨਵਰੀ ਟੇਕ ਦੀ ਗੱਲ ਕਰਾਂ ਮੈਂ, ਤਾਂ ਜਿਹੜੇ ਬੱਚਿਆਂ ਦੇ 2 ਚੋਂ 5.5 ਜਾਂ 1 ਚੋਂ 5.5 ਹੈ, ਜਨਵਰੀ ਇਨਟੇਕ ਦੇ ਵਿੱਚ ਅਗਰ ਉਹ ਆਫਰ ਲੈਟਰ ਅਪਲਾਈ ਕਰ ਚੁੱਕੇ ਆ ਜਾਂ ਆ ਚੁੱਕੇ, ਉਹ ਨਾ ਕਰ। ਬਿਲਕੁਲ ਕੋਰੀ ਨਾ ਹੈ, ਉਹਨਾਂ ਦਾ 2-4 ਸਾਲ ਦਾ ਗੈਪ ਹੈ, ਚਾਹੇ ਉਹ ਰੀਸੈਂਟ ਪਾਸ ਆਊਟ ਹੈ, ਜਿਨ੍ਹਾਂ ਦੇ 1 ਚੋਂ 2 ਚੋਂ 5.5 ਹੈ, ਉਹ ਨਾ ਅਪਲਾਈ ਕਰਨ, ਚਾਹੇ ਉਹ 6.5 ਨੋਟ ਲੈਸ ਦੈਨ 5.5 ਹੈ, ਚਾਹੇ 6 ਨੋਟ ਲੈਸ ਦੈਨ 5.5। ਤੁਹਾਡਾ ਭਾਵ ਕਿ ਜਿਹੜਾ ਨੋਨ SGS ਕੈਟਾਗਰੀ ਚ ਆ ਗਿਆ ਉਹ ਅਪਲਾਈ ਨਾ ਕਰੇ? ਉਹ ਫਿਲਹਾਲ ਅਪਲਾਈ ਨਾ ਕਰੇ, ਨਾ ਕਰੇ, ਕੋਈ ਫਾਇਦਾ ਨਹੀਂ ਮਿਲਣ ਵਾਲਾ, ਕੋਈ ਫਾਇਦਾ ਨਹੀਂ ਮਿਲਣ ਵਾਲਾ। ਦੇਖੋ, ਵੀਜ਼ੇ ਜੋ ਮਾਰਕੀਟ ਦੇ ਵਿੱਚ ਹੁਣ ਬਹੁਤ ਇੱਕਾ ਦੁੱਕਾ ਸੁਣਨ ਨੂੰ ਆਏ ਆ, ਜਿਨ੍ਹਾਂ ਦੇ 5.5 ਨਾਲ ਆਏ ਆ, ਠੀਕ ਹੈ, ਤਾਂ ਉਹ ਇੱਕਾ ਦੁੱਕੇ ਨੇ ਜਿਹੜੇ, ਉਸ ਚੀਜ਼ ਨੂੰ ਦੇਖਦੇ ਹੋਏ ਤੁਸੀਂ ਅਪਲਾਈ ਨਾ ਕਰੋ, ਇਹ ਇੱਕ ਰਿਸਕ ਤੁਹਾਡੀ ਖਰਾਬ ਹੋਣੀ ਹੈ। ਕਈ ਵਾਰੀ ਕਿਸੇ ਦਾ ਲੱਕ ਵੀ ਹੁੰਦਾ ਹੈ, ਜਾਂ ਕਿਸੇ ਨੇ ਪਹਿਲਾਂ ਫਾਈਲ ਲਾਈ ਹੁੰਦੀ ਹੈ, ਕਈ ਵਾਰੀ ਕੋਰਸ ਦੀ ਗੱਲ ਆ ਜਾਂਦੀ ਹੈ, ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਬਰੀਕੀ ਦੀਆਂ ਚੀਜ਼ਾਂ ਆ ਜਾਂਦੀਆਂ ਨੇ। ਜੇਕਰ ਤੁਸੀਂ ਆਪਣੀ ਪ੍ਰੋਫਾਈਲ ਨਾਲ ਖਿਲਵਾੜ ਨਹੀਂ ਕਰਨਾ ਚਾਹੁੰਦੇ ਤਾਂ ਗੁਰੇਜ਼ ਕਰ ਲਓਗੇ ਤਾਂ ਬਹੁਤ ਜ਼ਿਆਦਾ ਅੱਛਾ ਰਹੇਗਾ। PT ਨੂੰ ਮਾਨਤਾ ਕਿਹੜੀ ਕੰਟਰੀ ਦਿੰਦੀ ਹੈ, ਕਿ ਕੰਟਰੀ ਦੀ ਮਾਨਤਾ ਵੈਲਿਡ ਹੁੰਦੀ ਹੈ ਜਾਂ ਫਿਰ ਕਾਲਜ ਜਾਂ ਯੂਨੀਵਰਸਿਟੀ ਮਾਨਤਾ ਦੇ ਰਹੀ ਹੈ, ਬਸ ਉਹੀ ਇਨਫ ਹੈ। ਦੋਨੋਂ ਚੀਜ਼ਾਂ ਮੈਟਰ ਹੁੰਦੀਆਂ ਨੇ, ਓਕੇ, ਠੀਕ ਹੈ ਜੀ। ਅੰਬੈਸੀ ਕਿੰਨੀ ਵੈਲਿਊ ਦਿੰਦੀ ਹੈ PT ਨੂੰ, ਤੇ ਔਰ ਯੂਨੀਵਰਸਿਟੀ ਤੁਹਾਨੂੰ PT ਨਾਲ ਜਾਂ ਕਾਲਜ PT ਨਾਲ ਸਕੋਰ ਦਿੰਦੇ ਆ ਐਡਮਿਸ਼ਨ ਜਾਂ ਨਹੀਂ ਦਿੰਦੀ, ਕੈਨੇਡਾ ਦਿੰਦੀ ਹੈ। ਲੋਕੀ ਕਹਿੰਦੇ ਕੈਨੇਡਾ PT ਨਹੀਂ ਨਾਲ ਨਹੀਂ ਹੁੰਦਾ, ਹੁੰਦਾ ਹੈ, ਕਿਉਂ ਨਹੀਂ ਹੁੰਦਾ, ਵੀਜ਼ੇ ਵੀ ਆਉਂਦੇ ਆ, ਠੀਕ ਹੈ। ਯੂਕੇ ਦੇ ਵਿੱਚ PT ਬੜਾ ਹੱਸ ਕੇ ਅਸੈਪਟ ਹੁੰਦੀ ਹੈ, ਠੀਕ ਹੈ। ਆਸਟ੍ਰੇਲੀਆ 'ਚ ਤਾਂ ਹੁੰਦੀ ਹੁੰਦੀ ਹੈ। PT ਦੇ ਸਕੋਰ ਦਾ ਥੋੜਾ ਅਪ ਐਂਡ ਡਾਊਨ ਹੈਗਾ ਕਿ ਕਿੰਨਾ ਸਕੋਰ ਸਾਨੂੰ ਕਿਹੜੀ ਕੰਟਰੀ ਲਈ ਚਾਹੀਦਾ ਹੁੰਦਾ? ਬਿਲਕੁਲ, ਜੇ ਤੁਸੀਂ ਪਲੱਸ 2 ਦੀ ਗੱਲ ਕਰਦੇ ਹੋ ਤਾਂ ਮੈਂ ਤੁਹਾਨੂੰ ਦੱਸਿਆ 43 ਈਚ, ਠੀਕ ਹੈ, ਯੂਕੇ ਦੇ ਲਈ, ਯੂਕੇ ਲਈ, ਓਕੇ। ਤੇ ਜੇ ਇਹੀ ਅਸੀਂ ਜੇ ਅਗਰ ਮੈਂ ਗੱਲ ਕਰਾਂ ਤਾਂ ਕੈਨੇਡਾ ਦੀ 53 ਨੋਟ ਲੈਸ ਦੈਨ 49। ਅੱਛਾ, ਅਸੀਂ ਕੈਨੇਡਾ ਦੇ ਇਸ ਪ੍ਰੋਫਾਈਲ ਤੇ ਵੀ ਵੀਜ਼ਾ ਲੈ ਸਕਦੇ ਹੈਗੇ। 49 ਵੀ ਨਹੀਂ, 50 ਮੰਨ ਕੇ ਚਲੋ ਅੱਜ ਦੇ ਟਾਈਮ ਦੇ ਵਿੱਚ। ਅੱਛਾ, 50 ਜਨਵਰੀ ਤੇ, ਹਾਂ, 53 ਨੋਟ ਲੈਸ ਦੈਨ 50।
हाँ जी बिल्कुल, ये कह सकते हैं। ठीक है, और यूएसए, और यूएसए लिए अगर तुम गल करते हो तो यूएसए विच पीटी चाहे थोड़ी वही 5.5 ਦੇ ਇਕੁਅਲ ਹੈ, ਉਹੀ 43 ਇੰਚ ਹੈ, ਤਾਂ ਵੀ ਵੈਲਿਡ ਹੈ। ਔਰ ਆਸਟ੍ਰੇਲੀਆ ਦਾ ਵੈਸੇ ਪੀਟੀ ਦਾ ਉਦਘਾਟਨ ਕਰਨ ਵਾਲਾ ਹੀ ਆਸਟ੍ਰੇਲੀਆ ਚ ਪੀਟੀ ਚੱਲਦੀ ਚੱਲਦੀ। ਠੀਕ ਹੈ, ਤੇ ਇਹਨਾਂ ਸਾਰੀ ਕੰਟਰੀਜ਼ ਦੇ ਸਾਡੇ ਕੋਲ ਇਨਟੇਕ ਕਿਹੜੇ ਕਿਹੜੇ ਅਵੇਲੇਬਲ ਨੇ? ਖਾਸ ਤੌਰ ਤੇ ਜੇ ਮੈਂ ਯੂਐਸ ਦੀ ਗੱਲ ਕਰਾਂ, ਇੰਟਰਵਿਊ ਜੇ ਡੇਟਸ ਮਿਲ ਜਾਣਗੀਆਂ, ਯੂਐਸਏ ਦਾ ਅਪਕਮਿੰਗ ਇਨਟੇਕ ਕਿਹੜਾ ਹੈਗਾ? ਬਿਲਕੁਲ, ਯੂਐਸਏ ਦੀ ਇੰਟਰਵਿਊ ਤੁਹਾਨੂੰ ਜਨਵਰੀ ਇਨਟੇਕ ਦੀ ਅਗਰ ਤੁਸੀਂ ਸਾਡੇ ਕੋਲ ਫਾਈਲ ਅਪਲਾਈ ਕਰਦੇ ਹੋ ਤਾਂ ਉਹਦੇ ਵਾਸਤੇ ਸਾਡੇ ਕੋਲ ਮਤਲਬ ਈਜ਼ੀਲੀ ਬੱਚਿਆਂ ਨੂੰ ਸਲੋਟ ਮਿਲ ਰਹੇ ਆ। ਓਕੇ, ਯੂਐਸਏ ਜਨਵਰੀ ਇਨਟੇਕ, ਯੂਕੇ ਦੇ ਲਈ ਜਨਵਰੀ ਇਨਟੇਕ, ਹਾਂਜੀ ਬਿਲਕੁਲ, ਅਸੀਂ ਹਜੇ ਜਨਵਰੀ ਇਨਟੇਕ ਯੂਕੇ ਵਾਸਤੇ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਤੁਹਾਡੇ ਕੋਲ ਸਿਰਫ 2-3 ਹਫ਼ਤੇ 4 ਹਫ਼ਤੇ ਵੱਧੋ ਵੱਧ। ਓਕੇ, ਇਸ ਤੋਂ ਜ਼ਿਆਦਾ ਸਮਾਂ ਸਾਡੇ ਕੋਲ ਨਹੀਂ ਹੈਗਾ, ਯੂਕੇ ਕਲੋਜ਼ ਬੰਦ ਹੋ ਜਾਊਗਾ, ਕਲੋਜ਼ ਕੈਨੇਡਾ ਦੇ ਜਨਵਰੀ ਇਨਟੇਕ ਲਈ ਅਸੀਂ ਪਹਿਲਾਂ ਵੀ ਜੋ ਪਹਿਲਾਂ ਹੀ ਕਹਿ ਰਹੇ ਹਾਂ ਵੀ ਜਨਵਰੀ ਇਨਟੇਕ ਬਹੁਤ ਘੱਟ ਚਾਂਸਸ, ਘੱਟ ਚਾਂਸਸ, ਬਹੁਤ ਘੱਟ, ਪ੍ਰੋਫਾਈਲ ਬਹੁਤ ਅੱਛੀ ਹੋਏਗੀ, ਹੱਲੇ ਵੀ ਜੇ ਕੁਝ ਇੱਕ ਦਿਨਾਂ 'ਚ ਰਾਬਤਾ ਕਾਇਮ ਕਰ ਲਓਗੇ ਤਾਂ ਪੋਸੀਬਿਲਟੀ ਜਿਹੜੀ ਹੈ ਉਹ ਵਧਣ ਦੇ ਚਾਂਸਸ ਥੋੜ੍ਹੇ ਜਿਹੇ ਬਣ ਜਾਣਗੇ। ਔਰ ਇਸ ਤੋਂ ਇਲਾਵਾ ਸਰ ਬਹੁਤ ਸਾਰੇ ਸਟੂਡੈਂਟ ਐਸੇ ਨੇ ਜਿਹੜੇ ਯੂਰਪ ਦੀ ਜਿਹੜੀ ਇਨਫੋਰਮੇਸ਼ਨ ਆ ਲੈਣਾ ਚਾਹੁੰਦੇ ਨੇ, ਸੋ ਮੈਨੂੰ ਲੱਗਦਾ ਕਿ ਇਜਾਜ਼ਤ ਲੈਣ ਦਾ ਵੇਲਾ ਹੋ ਗਿਆ, ਔਰ ਅਸੀਂ ਉਹਨੇ ਇਜਾਜ਼ਤ ਲੈਂਦੇ ਹਾਂ, ਨੈਕਸਟ ਸ਼ੋਅ ਦੇ ਵਿੱਚ ਅਸੀਂ ਹੋਰ ਗੱਲਬਾਤ ਕਰਾਂਗੇ। ਫਿਲਹਾਲ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਥੈਂਕ ਯੂ ਮੈਮ। ਸੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਸਵਾਲਾਂ ਦੇ ਅਸੀਂ ਜਵਾਬ ਦਈਏ ਤਾਂ ਕਮੈਂਟ ਸੈਕਸ਼ਨ ਅਵੇਲੇਬਲ ਹੈ, ਹੈਲਪਲਾਈਨ ਨੰਬਰ ਅਵੇਲੇਬਲ ਨੇ, ਤੁਸੀਂ ਸਾਨੂੰ ਯੂਟਿਊਬ ਫੇਸਬੁੱਕ ਦੇ ਉੱਪਰ ਦੇਖ ਸਕਦੇ ਹੋ ਔਰ ਆਪਣੇ ਸਵਾਲਾਂ ਦੇ ਸਾਡੇ ਤੋਂ ਜਵਾਬ ਲੈ ਸਕਦੇ ਹੋ। ਫਿਲਹਾਲ ਦੇ ਇਜਾਜ਼ਤ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।